ਤੁਸੀਂ ਆਪਣੇ ਬੱਚੇ ਨੂੰ ਕੁਝ ਕਹਿ ਦੋ ਤੇ ਉਹ ਤੁਹਾਡੇ ਖਿਲਾਫ ਪੁਲਿਸ ਕੰਪਲੇਂਟ ਕਰ ਦੇਦਾ, ਤੁਹਾਨੂੰ ਕਿੱਦਾਂ ਦਾ ਲੱਗੂ? ਕੀ ਇਹੀ ਰਿਐਕਸ਼ਨ ਸੀ ਨਾ ਤੁਹਾਡੀ? ਪਰ ਤੁਹਾਨੂੰ ਮੈਂ ਗੱਲ ਦੱਸਦਾ, ਜੋ ਵੀ ਗੱਲ ਮੈਂ ਬੋਲੀ ਆ ਉਹ ਝੂਠ ਨਹੀਂ ਹੈਗੀ, ਉਹ ਗੱਲ ਪੂਰੀ ਸੱਚ ਆ। ਫੋਰਨ ਦੇ ਵਿੱਚ ਇਹੀ ਸਭ ਕੁਝ ਚੱਲਦਾ। ਤੇਰਾ ਡੈਡੀ ਮੈਨੂੰ ਕੁੱਟਦਾ, ਉਹਦੀ FIR ਲਿਖਾਉਣੀ ਆ। ਕੀ ਗੱਲ ਡੈਡੀ, ਕੱਲੇ ਪੂਣ ਪਟਾਕੇ ਲਿਆਉਣ ਨੂੰ ਰੱਖਿਆ ਹੋਇਆ? ਜਿਹੜਾ ਜੰਮੂਗਾ ਉਹ ਝੰਮੂਗਾ ਵੀ। ਗਿੱਪੀ ਗਰੇਵਾਲ ਦੀ ਛਿੰਦਾ ਛਿੰਦਾ ਨੋ ਪਾਪਾ ਇੱਕ ਐਸੀ ਕਾਮੇਡੀ ਮੂਵੀ ਹੈ ਜੋ ਕਿ ਬੱਚਿਆਂ ਨੂੰ ਕੁੱਟਣ ਮਾਰਨ ਦੇ ਵਿਸ਼ੇ ਦੇ ਉੱਤੇ ਚਰਚਾ ਕਰਦੀ ਹੈ ਕਿ ਕਿਵੇਂ ਪੰਜਾਬ ਤੇ ਬਾਹਰ ਦੇ ਵਿੱਚ ਬੱਚਿਆਂ ਦੀ ਪਰਵਰਿਸ਼ ਕਰਨ ਦੇ ਤਰੀਕੇ ਵਿੱਚ ਕਿੰਨਾ ਫਰਕ ਹੈ ਉਸ ਨੂੰ ਵੀ ਦਰਸਾਉਂਦੀ ਹੈ। ਇੱਕ ਬਹੁਤ ਹੀ ਨਵਾਂ ਵਿਸ਼ਾ ਤੇ ਬਾਕੀ ਕਾਮੇਡੀ ਫਿਲਮਾਂ ਤੋਂ ਕਿਤੇ ਹਟ ਕੇ ਇਹ ਮੂਵੀ ਤੁਹਾਨੂੰ ਬਿਲਕੁਲ ਵੀ ਬੋਰ ਨਹੀਂ ਹੋਰ ਦਊਗੀ। ਸਟੇਰਿੰਗ ਗਿੱਪੀ ਗਰੇਵਾਲ, ਛਿੰਦਾ ਗਰੇਵਾਲ ਤੇ ਮੇਰੀ ਜਾਨ ਹੀਨਾ ਖਾਨ। ਮੂਵੀ ਤੁਹਾਨੂੰ ਬਹੁਤ ਵਰਾਇਟੀ ਆਫ ਇਮੋਸ਼ਨਸ ਨੂੰ ਫੀਲ ਕਰਵਾਊਗੀ, ਫਰੋਮ ਕਾਮੇਡੀ ਟੂ ਸੈਡ ਡਰਮੈਟਿਕ। ਸਮਝ ਰਹੇ ਹੋ ਨਾ? ਤੂੰ ਸਮਝਾ। ਨਹੀਂ ਤੂੰ ਸਮਝਾ ਨਹੀਂ। ਤੇ ਹੀਨਾ ਦੀ ਆਈ ਥਿੰਕ ਪਹਿਲੀ ਪੰਜਾਬੀ ਮੂਵੀ ਹੈ ਤੇ ਮੈਂ ਬਿਲਕੁਲ ਵੀ ਐਕਸਪੈਕਟ ਨਹੀਂ ਕੀਤਾ ਸੀ ਕਿ ਕਦੇ ਹੀਨਾ ਖਾਨ ਸਾਨੂੰ ਪੰਜਾਬੀ ਸਿਨੇਮਾ ਦੇ ਵਿੱਚ ਵੇਖਣ ਨੂੰ ਮਿਲਣਗੇ। ਪਰ ਚਲੋ ਜੋ ਵੀ ਹੈ, ਮੇਰੇ ਚਿਹਰੇ ਦੇ ਉੱਤੇ ਤੁਹਾਨੂੰ ਮੇਰੀ ਖੁਸ਼ੀ ਸਾਫ਼ ਝਲਕ ਰਹੀ ਹੈ ਕਿ ਹੀਨਾ ਨੂੰ ਪੰਜਾਬੀ ਸਿਨੇਮਾ 'ਚ ਦੇਖਣ ਤੋਂ ਬਾਅਦ ਮੈਂ ਕਿੰਨਾ ਜ਼ਿਆਦਾ ਖੁਸ਼ ਹਾਂ। ਦੋਸਤੋ, ਬੱਗਾ ਸਫਰੀ ਇੱਕ ਬਹੁਤ ਹੀ ਲੁੱਚਾ ਗਾਇਕ ਸੀ ਜਿਹਦੇ ਟੌਪ 10 ਗੰਦੇ ਸੈਕਸ਼ੂਅਲ ਗਾਣਿਆਂ ਬਾਰੇ ਮੈਂ ਇੱਕ ਵੀਡੀਓ ਬਣਾਈ ਹੈ ਜੋ ਕਿ ਤੁਹਾਨੂੰ ਸਕਰੀਨ ਦੇ ਉੱਤੇ ਇੱਥੇ ਕਿਤੇ ਵਿਖ ਰਹੀ ਹੋਊਗੀ। ਤਾਂ ਚੁੱਪ ਕਰਕੇ ਜਾ ਕੇ ਉਸ ਵੀਡੀਓ ਨੂੰ ਵੇਖੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਇੱਦਾਂ ਦੀ ਹੋਰ ਵੀਡੀਓਜ਼ ਨੂੰ ਵੇਖਣ ਲਈ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ, ਤਦ ਤੱਕ ਲਈ ਓਵਰ ਐਂਡ ਆਊਟ।